श्री मुक्तसर साहिब कोटकपुरा रोड से एक निजी कंपनी की बस नहर विच डिग्गी, कईयां दी मौत, कई जख्मी, हुण तक 8 मौतां, 10 जख्मी। श्री मुक्तसर साहिब 19 सितंबर की दोपहर श्री मुक्तसर साहिब कोटकपुरा मार्ग से एक निजी कंपनी की बस के नहर विच डिग जाने की सूचना मिली है। घटना की सूचना मिलते ही जिला प्रशासन वालों राहत कार्य आरंभ कर दिए गए हैं। NDRF दीआं टीमां दी मदद दे नाल नहर विच रुड़े लोगों की भाल की जा रही है। जिले के डिप्टी कमिश्नर डॉक्टर रूही इदुंग IS ने जानकारी दिंदिया दस्सिया है कि हुण तक 8 मौतों की दुखदायी खबर है, जबकि 11 लोग जख्मी हो गए हैं। जख्मियों विचों 2 नूं आरंभिक इलाज तो बाद छुट्टी दे दी गई है, जबकि बाकी जख्मी भी खतरे तो बाहर हैं अते उन्हां नूं ज़्यादा सट्टां नहीं हैं। मृतकों विचों 5 की पहचान हो गई है। मृतकों विचों 5 औरतां हैं। इस लई जिला प्रशासन वालों सिविल हस्पताल श्री मुक्तसर साहिब विखे कंट्रोल रूम स्थापित कर दिता गया है। 24 घंटे चलण वाले इस कंट्रोल रूम का नंबर 01633262175 है। जख्मियों का सिविल हस्पताल श्री मुक्तसर साहिब विच इलाज किया जा रहा है। इस बाबत बस मालक सरदार हरदीप सिंह डिंपी ढिल्लों ने इस हादसे को जिथे मंदभागा दसिया है, उत्थे ही स्टाफ की गलती भी मानते हैं। जी मैम, जानकारी जो मुक्तसर दे विच सड़क हादसा होया है, उदे विच हुण तक 10 जिहड़े पैसेंजर सीगे ਉਹ ਇੰਜਰਡ ਸੀਗੇ, ਉਹਨਾਂ ਨੂੰ ਹੋਸਪਿਟਲ ਦੇ ਵਿੱਚ ਲੈ ਜਾ ਗਿਆ ਸੀ। ਉੱਥੇ ਉਹਨਾਂ ਦੀ ਟ੍ਰੀਟਮੈਂਟ ਚੱਲ ਰਹੀ ਹੈ। 2 ਉਹਨਾਂ ਵਿੱਚੋਂ ਡਿਸਚਾਰਜ ਵੀ ਹੋ ਚੁੱਕੇ ਹੈ ਅਤੇ 8 ਦੀ ਜਿਹੜੀ ਮੌਤ ਹੋ ਚੁੱਕੀ ਹੈ। ਉਹਨਾਂ ਦੇ ਵਿੱਚੋਂ 5 ਦੀ ਆਈਡੈਂਟੀਫਿਕੇਸ਼ਨ ਹੋ ਚੁੱਕੀ ਹੈ ਅਤੇ ਉਹਨਾਂ ਦੇ ਪਰਿਵਾਰ ਉੱਥੇ ਪਹੁੰਚ ਚੁੱਕੇ ਹੈ। 3 ਦੀ ਆਈਡੈਂਟੀਫਿਕੇਸ਼ਨ ਜਿਹੜੀ ਹੈ ਉਹ ਹੋਣੀ ਬਾਕੀ ਹੈ। ਇਸ ਤੋਂ ਇਲਾਵਾ ਅਸੀਂ ਸਾਡੇ 2 ਹੈਲਪਲਾਈਨ ਨੰਬਰਸ ਹੈ, ਉਹ ਅਸੀਂ ਸਾਰਿਆਂ ਨੂੰ ਜਿਹੜੇ ਹੈਗੇ ਆ ਸ਼ੇਅਰ ਕਰ ਰਹੇ ਹਾਂ। ਉਸ ਹੈਲਪਲਾਈਨ ਨੰਬਰ ਦੇ ਉੱਤੇ ਕੋਈ ਵੀ ਫੈਮਲੀ ਜਿਨ੍ਹਾਂ ਦੇ ਫੈਮਲੀ ਮੈਂਬਰਸ ਇਸ ਦੇ ਵਿੱਚ ਅੱਜ ਸਵਾਰ ਸੀਗੇ ਇਸ ਬੱਸ ਦੇ ਵਿੱਚ, ਅਤੇ ਉਹ ਉਸ ਨੰਬਰ ਦੇ ਉੱਤੇ ਕੰਟੈਕਟ ਕਰ ਸਕਦੇ ਕਿਸੇ ਵੀ ਤਰੀਕੇ ਦੀ ਜਾਣਕਾਰੀ ਦੇ ਲਈ। ਅੱਜ ਬਹੁਤ ਹੀ ਭਰੇ ਮਨ ਨਾਲ, ਦੁੱਖ ਨਾਲ ਮੈਂ ਇਹ ਵੀਡੀਓ ਬਣਾ ਰਿਹਾ ਕਿ ਅੱਜ ਮੇਰੀ ਟਰਾਂਸਪੋਰਟ ਕੰਪਨੀ ਦੀ ਬੱਸ, ਲਿੰਗੀ ਕੰਪਨੀ ਦੀ ਬੱਸ, ਜੋ 1 ਵਜੇ ਦੇ ਕਰੀਬ ਮੁਕਤਸਰ ਸਾਹਿਬ ਤੋਂ ਚੱਲ ਕੇ ਫਰੀਦਕੋਟ ਨੂੰ ਜਾ ਰਹੀ ਸੀ, ਉਹਦਾ ਰਸਤੇ 'ਚ ਨਹਿਰਾਂ ਦੇ ਕੋਲ ਜਾ ਕੇ ਅਚਨਚੇਤ ਐਕਸੀਡੈਂਟ ਹੋ ਗਿਆ। ਭਾਰੀ ਬਾਰਿਸ਼ ਕਰਕੇ, ਚਿੱਕੜੀ ਕਰਕੇ, ਪੁਲ ਪੀੜਾ ਹੋਣ ਕਰਕੇ ਗੱਡੀ ਸਲਿੱਪ ਕਰਕੇ ਇੱਕਦਮ ਨਹਿਰ ਦੇ ਵਿੱਚ ਜਾ ਗਿਰੀ। ਅਤੇ ਬੜੀ ਦੁੱਖਦਾਈ ਖਬਰ ਮੈਨੂੰ ਮਿਲੀ ਕਿ ਉਹਨਾਂ ਦੇ ਵਿੱਚੋਂ ਕੁਛ 5-6 ਜੋ ਸਵਾਰੀਆਂ ਸਾਡੀ ਟਰਾਂਸਪੋਰਟ ਕੰਪਨੀ 'ਤੇ ਵਿਸ਼ਵਾਸ ਕਰਕੇ ਸਾਡੇ ਨਾਲ ਸਫ਼ਰ ਕਰਦੀਆਂ ਸੀ, ਉਹਨਾਂ ਦੀ ਉਹ ਇਸ ਹਾਦਸੇ ਦੇ ਦੌਰਾਨ ਉਹਨਾਂ ਦੀ ਮੌਤ ਹੋ ਗਈ। ਮੈਂ ਇਸ ਗੱਲ ਦੀ ਪੂਰੀ ਪੂਰੀ ਜ਼ਿੰਮੇਦਾਰੀ ਲੈਂਦਾ, ਇਸ ਗੱਲ ਦਾ ਪੂਰਾ ਪੂਰਾ ਆਪਦੀ ਹੱਥ ਬੰਨ੍ਹ ਕੇ ਆਪਦੀ ਗਲਤੀ ਮੰਨਦਾ ਕਿ ਮੇਰੇ ਸਟਾਫ ਤੋਂ ਇਹ ਬੜੀ ਭਾਰੀ ਗਲਤੀ ਹੋਈ ਆ। ਔਰ ਮੈਂ ਉਹਨਾਂ ਇਨਸਾਨਾਂ 'ਚੋਂ ਹਾਂ ਜੋ ਅਗਰ ਗਲਤੀ ਹੋ ਜਾਏ ਤਾਂ ਉਹਨਾਂ 'ਚੋਂ ਮੰਨਣ ਵਾਲਿਆਂ 'ਚੋਂ ਮੈਂ ਤੁਹਾਡੇ ਸਾਰਿਆਂ ਦੇ ਚਰਨਾਂ ਦੇ ਵਿੱਚ ਆਪਦੇ ਨਤਮਸਤਕ ਹੋ ਕੇ ਇਸ ਗਲਤੀ ਮੈਂ ਗਲਤੀ ਮੰਨਦਾ ਕਿ ਮੇਰੇ ਸਟਾਫ ਤੋਂ ਬੜੀ ਭਾਰੀ ਇਹ ਗਲਤੀ ਹੋਈ ਆ। ਮੇਰੀ ਕੰਪਨੀ 'ਤੇ ਬੜਾ ਵੱਡਾ ਦਾਗ ਲੱਗਿਆ ਇਸ ਗੱਲ ਦਾ ਕਿ ਅੱਜ ਸਭ ਤੋਂ ਬੜਾ ਭਾਰੀ ਨੁਕਸਾਨ ਹੋ ਗਿਆ। ਸੋ ਅਗਰ ਹੋ ਸਕਿਆ ਤਾਂ ਆਪਣਾ ਸੇਵਾਦਾਰ ਸਮਝ ਕੇ, ਆਪਣਾ ਬੱਚਾ ਸਮਝ ਕੇ ਇਸ ਗਲਤੀ ਨੂੰ ਨਾ ਮਾਫ਼ ਕਰਨ ਯੋਗ ਇਸ ਗਲਤੀ ਨੂੰ ਮੈਨੂੰ